ਇਹ ਗੱਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੀ ਮੂਸੇਵਾਲਾ ਦੇ ਕਤਲ ਲਈ ਇਥੋਂ ਲਿਆਂਦੇ ਸੀ ਹਥਿਆਰ ਸ਼ੂਟਰਾਂ ਨੇ ਹੁਣ ਕਰਤੇ ਨਵੇਂ ਖੁਲਾਸੇ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਉਸ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਗ੍ਰਿਫਤਾਰ ਕੀਤੇ ਗਏ ਦੋ ਸ਼ੂਟਰਾਂ ਨੇ ਇੱਕ ਹੋਰ ਦੀ ਗ੍ਰਿਫਤਾਰੀ ਤੋਂ ਬਾਅਦ ਪੁਚ ਗੈਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਸ਼ੂਟਰਾਂ ਨੇ ਜਿੰਨਾਂ ਹਥਿਆਰਾਂ ਨੂੰ ਮੂਸੇਵਾਲਾ ਦੇ ਕਤਲ ਲਈ ਇਸਤੇਮਾਲ ਕੀਤਾ ਉਹ ਪਾਕਿਸਤਾਨ ਤੋਂ ਡਰੋਨ ਰਾਹੀਂ ਆਏ ਸਨ ਫੌਜੀ ਨੂੰ ਇਹ ਹਥਿਆਰ ਡਰੋਨ ਦੇ ਰਾਹੀਂ ਪ੍ਰਿਆਵਰਤ ਫੌਜੀ ਨੂੰ ਮੁਹੱਈਆ ਕਰਵਾਏ ਗਏ ਸਨ ਇਨ੍ਹਾਂ ਹਥਿਆਰਾਂ ਦੇ ਵਿੱਚ 8 ਗਰਨੇਡ ਇੱਕ ਅੰਡਰ ਬੈਰਲ ਗਰਨੇਡ ਲਾਂਚਰ 9 ਇਲੈਕਟ੍ਰੋਨਿਕ ਡੈਟੋਨੇਟਰ ਅਤੇ ਇੱਕ AK-47 ਸ਼ਾਮਲ ਸੀ ਇੱਕ ਮੀਡੀਆ ਰਿਪੋਰਟ ਦੇ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪ੍ਰਿਆਵਰਤ ਨੂੰ ਕੈਨੇਡਾ ਦੇ ਗੈਂਗਸਟਰ ਗੋਲਡੀ ਬਰਾੜ ਨੇ ਅਪ੍ਰੈਲ ਦੇ ਵਿੱਚ 4 ਲੱਖ ਰੁਪਏ ਦੀ ਸਪਾਰੀ ਦਿੱਤੀ ਸੀ। ਪ੍ਰਿਆਵਰਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇੱਕ ਕਤਲ ਦੇ ਕੇਸ ਤੋਂ ਜਦੋਂ ਉਹ ਫਰਾਰ ਸੀ ਤਾਂ ਉਹ ਇੱਕ ਆਪਣੇ ਪੁਰਾਣੇ ਸਾਥੀ ਮੋਨੂ ਡਾਗਰ ਰਾਹੀਂ ਗੋਲਡੀ ਬਰਾੜ ਦੇ ਸੰਪਰਕ ਚੋਂ ਆਇਆ ਸੀ ਇੱਕ ਹੋਰ ਸ਼ੂਟਰ ਸ਼ਾਹਰੁਖ ਦੀ ਗ੍ਰਿਫਤਾਰੀ ਤੋਂ ਬਾਅਦ ਗੋਲਡੀ ਬਰਾੜ ਡਾਗਰ ਦੇ ਸੰਪਰਕ ਚੋਂ ਆਇਆ ਸੀ ਪ੍ਰਿਆਵਰਤ ਦੀ ਐਪ ਰਾਹੀਂ ਗੋਲਡੀ ਬਰਾੜ ਦੇ ਨਾਲ ਗੱਲ ਹੋਈ ਸੀ ਮੂਸੇਵਾਲਾ ਦੇ ਕਤਲ ਦੇ ਲਈ ਇੱਕ ਵੱਡੀ ਰਕਮ ਦੀ ਪੇਸ਼ਕਸ਼ ਕੀਤੀ ਗਈ ਸੀ ਖੋਲਡੀ ਬਰਾੜ ਨੇ ਉਸ ਨੂੰ ਹਥਿਆਰ ਅਤੇ ਹੋਰ ਸ਼ੂਟਰ ਰਹਿਣ ਖੈਣ ਦਾ ਇੰਤਜ਼ਾਮ ਕਰਨ ਦਾ ਕੰਮ ਸੌਂਪਿਆ ਸੀ ਪ੍ਰਿਆਵਰਤ ਉਰਫ ਫੌਜੀ ਪੂਨੇ ਦੇ ਇੱਕ ਆਰਮੀ ਸਕੂਲ ਦਾ ਸਟੂਡੈਂਟ ਰਿਹਾ ਹੈ ਡਰੱਗਸ ਦੀ ਆਦਤ ਕਰਨ ਹੋ অপরাধ ਜਗਤ ਦੇ ਨਾਲ ਜੁੜ ਗਿਆ ਪ੍ਰਿਆਵਰਤ ਨੇ ਖੁਲਾਸਾ ਕੀਤਾ ਕਿ ਉਹ ਅਪ੍ਰੈਲ ਦੇ ਆਖਰੀ ਹਫਤੇ ਪੰਜਾਬ ਚੂ ਸੀ ਤੇ ਇੱਕ ਪਿੰਡ ਚੋ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਸੀ ਇਸ ਦੌਰਾਨ ਉਸ ਨੇ ਸਿੱਧੂ ਮੂਸੇਵਾਲਾ ਦੇ ਘਰ ਦੀ ਰੇਕੀ ਵੀ ਕਰਵਾਈ ਅਤੇ ਸਿੱਧੂ ਮੂਸੇਵਾਲਾ ਦੇ ਗਾਰਡਨ ਨਾਲ ਵੀ ਗੱਲਬਾਤ ਕੀਤੀ ਸੀ ਪ੍ਰਿਆ ਵਰਤਨ ਨੇ ਦੱਸਿਆ ਕਿ 27 ਮਈ ਨੂੰ ਮੂਸੇਵਾਲਾ ਆਪਣੀ ਐਸਯੂਵੀ ਚੋਂ ਬਿਨਾਂ ਸੁਰੱਖਿਆ ਕਰਮਚਾਰੀ ਆਪਣੇ ਘਰ ਤੋਂ ਨਿਕਲਿਆ ਸੀ ਪਰ ਉਸ ਸਮੇਂ ਸ਼ੂਟਰ ਤਿਆਰ ਨਹੀਂ ਸੀ ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ 29 ਮਈ ਨੂੰ ਗੋਲੀਆਂ ਮਾਰ ਕੇ ਸੀ ਕਤਲ ਕਰ ਦਿੱਤਾ ਧੰਨਵਾਦ